Let's celebrate this new year with joy and happiness. ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਭਪਾਲ ਸਿੰਘ ਪੰਨੂ, ਇਮੀਡੀਏਟ ਪਾਸਟ ਪ੍ਰੈਜ਼ੀਡੈਂਟ ਰੋਟਰੀ ਕਲੱਬ ਆਫ ਜਲੰਧਰ। ਮੈਂ ਆਪਣੇ ਕਲੱਬ ਵੱਲੋਂ, ਸਾਡੇ ਮੌਜੂਦਾ ਪ੍ਰੈਜ਼ੀਡੈਂਟ ਰੋਟੇਰੀਅਨ ਅਭਿਸ਼ੇਕ ਚੌਧਰੀ ਵੱਲੋਂ, ਸਾਡੇ ਮੌਜੂਦਾ ਸੈਕਟਰੀ ਜਤਿੰਦਰ ਜੈਸਵਾਲ ਜੀ ਵੱਲੋਂ, ਸਾਡੇ ਕਲੱਬ ਦੇ ਸਾਰੇ ਪਾਸਟ ਡਿਸਟ੍ਰਿਕਟ ਗਵਰਨਰ, ਸਾਰੇ ਪਾਸਟ ਪ੍ਰੈਜ਼ੀਡੈਂਟ, ਸਾਡੇ ਕਲੱਬ ਦੇ ਸਾਰੇ ਮੈਂਬਰਸ ਔਰ ਉਹਨਾਂ ਦੀਆਂ ਫੈਮਿਲੀਜ਼ ਵੱਲੋਂ, ਸਮੂਹ ਜਲੰਧਰ ਵਾਸੀਆਂ ਨੂੰ, ਸਮੂਹ ਪੰਜਾਬ ਵਾਸੀਆਂ ਨੂੰ, ਸਮੂਹ ਹਿੰਦੁਸਤਾਨ ਵਾਸੀਆਂ ਨੂੰ ਨਵੇਂ ਸਾਲ 2022 ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਸ਼ੁਭਕਾਮਨਾਵਾਂ ਦਿੰਦਾ ਹਾਂ। ਸਾਡਾ ਕਲੱਬ ਰੋਟਰੀ ਕਲੱਬ ਆਫ ਜਲੰਧਰ ਸਨ 1951 ਤੋਂ ਇਸਟੈਬਲਿਸ਼ਡ ਹੈ ਅਤੇ ਅਸੀਂ ਲੋਕਾਂ ਦੀ ਸੇਵਾ ਲਈ ਹਰ ਸਾਲ ਬਹੁਤ ਅੱਛੇ ਅੱਛੇ ਨਵੇਂ ਪ੍ਰੋਜੈਕਟਸ ਕਰਦੇ ਹਾਂ। ਫੋਰ ਐਗਜ਼ਾਮਪਲ, ਲਾਸਟ ਈਅਰ ਜਦੋਂ ਕਰੋਨਾ ਦਾ ਟਾਈਮ ਚੱਲ ਰਿਹਾ ਸੀਗਾ ਤਾਂ ਸਾਡੇ ਕਲੱਬ ਦੇ ਮੈਂਬਰਸ ਵੱਲੋਂ ਕਰੋਨਾ ਪੀੜਤ ਪੇਸ਼ੈਂਟਸ ਔਰ ਉਹਨਾਂ ਦੀਆਂ ਫੈਮਿਲੀਜ਼ ਨੂੰ ਫ੍ਰੀ ਘਰ ਖਾਣਾ ਪਹੁੰਚਾਇਆ ਗਿਆ। ਇਸੇ ਤਰ੍ਹਾਂ ਇਸ ਸਾਲ ਸਾਡੇ ਪ੍ਰੈਜ਼ੀਡੈਂਟ ਰੋਟੇਰੀਅਨ ਅਭਿਸ਼ੇਕ ਚੌਧਰੀ ਜੀ ਦਾ ਇੱਕ ਉਪਰਾਲਾ ਹੈ ਜਿਹਦੇ ਵਿੱਚ ਅਸੀਂ ਹਰ ਮਹੀਨੇ 50 ਜ਼ਰੂਰਤਮੰਦ ਵਿਧਵਾ ਔਰਤਾਂ ਨੂੰ ਫ੍ਰੀ ਰਾਸ਼ਨ ਪ੍ਰੋਵਾਈਡ ਕਰਦੇ ਹਾਂ ਔਰ ਅਗਲੇ ਮਹੀਨੇ ਇੱਕ ਪ੍ਰੋਜੈਕਟ ਅਸੀਂ ਸੋਚ ਰਹੇ ਹਾਂ ਜੋ ਜਿੱਥੇ ਅਸੀਂ ਕੰਮ ਕਰ ਰਹੇ ਹਾਂ, ਜਿਹਦੇ ਵਿੱਚ ਅਸੀਂ ਤਕਰੀਬਨ 50 ਤੋਂ 100 ਲੜਕੀਆਂ ਨੂੰ ਜਿਹੜੀਆਂ ਸਕੂਲ ਜਾਂਦੀਆਂ ਹਨ, ਕਾਲਜ ਜਾਂਦੀਆਂ ਹਨ, ਉਹਨਾਂ ਨੂੰ ਅਸੀਂ ਬਾਈਸਾਈਕਲਸ ਪ੍ਰੋਵਾਈਡ ਕਰਾਂਗੇ। ਸੋ ਜਿਹੜੇ ਵੀ ਲੋਕ ਸਾਡੇ ਕਲੱਬ ਨਾਲ ਜੁੜੇ ਹਨ, ਜਿਨ੍ਹਾਂ ਨੇ ਪਿਛਲੇ ਸਾਲ ਸਾਨੂੰ ਬਹੁਤ ਸਹਿਯੋਗ ਦਿੱਤਾ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਸਾਡਾ ਕਲੱਬ ਆਉਣ ਵਾਲੇ ਸਾਲ ਦੇ ਵਿੱਚ ਵੀ ਇਸੇ ਤਰੀਕੇ ਨਵੇਂ ਪ੍ਰੋਜੈਕਟਸ ਕਰਦਾ ਰਹੇਗਾ ਔਰ ਲੋਕਾਂ ਦੀ ਸੇਵਾ ਕਰਦਾ ਰਹੇਗਾ। ਬਹੁਤ ਬਹੁਤ ਸ਼ੁਕਰੀਆ ਜੀ। ਹੈਪੀ ਨਿਊ ਈਅਰ 2022।